ਸਾਲ 1960 ਦੇ ਵਿੱਚ ਜੰਮਿਆ ਪੰਜਾਬ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 28 ਸਾਲ ਦੀ ਉਮਰ ਦੇ ਵਿੱਚ ਇੰਨਾ ਕੰਮ ਕਰ ਜਾਏਗਾ ਤੇ ਇੰਨਾ ਮਕਬੂਲ ਹੋ ਜਾਏਗਾ, ਇਸ ਗੱਲ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ। ਲੁਧਿਆਣਾ ਦੇ ਡੁਗਰੀ ਇਲਾਕੇ ਦੇ ਵਿੱਚ ਆਮ ਪਰਿਵਾਰ ਦੇ ਵਿੱਚ ਪੈਦਾ ਹੋਏ ਚਮਕੀਲਾ ਦਾ ਅਸਲੀ ਨਾਂ ਧਨੀ ਰਾਮ ਸੀ। ਆਮ ਪਰਿਵਾਰਾਂ ਵਾਂਗ ਢਿੱਡ ਪਾਲਣ ਦੇ ਲਈ ਮਿਹਨਤ ਮਜ਼ਦੂਰੀ ਦਾ ਰਾਹ ਚਮਕੀਲੇ ਨੇ ਵੀ ਅਪਣਾਇਆ। ਲੁਧਿਆਣਾ ਦੇ ਵਿੱਚ ਹੀ ਉਸਨੇ ਇੱਕ ਹੋਜ਼ਰੀ ਫੈਕਟਰੀ ਦੇ ਵਿੱਚ ਕੰਮ ਲੱਭਿਆ। ਚਮਕੀਲੇ ਦੀ ਮਿਹਨਤ ਵੀ ਜਾਰੀ ਰਹੀ ਤੇ ਗੀਤ ਲਿਖਣ ਦਾ ਜਨੂਨ ਵੀ। ਘਰ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਚਮਕੀਲੇ ਨੂੰ ਗੀਤ ਲਿਖਣ ਦਾ ਬੇਹੱਦ ਕਾਫੀ ਸ਼ੌਕ ਸੀ, ਪਰ ਇਹੀ ਸ਼ੌਕ ਇੱਕ ਦਿਨ ਧਨੀ ਰਾਮ ਨੂੰ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਗਿਆ। ਲੁਧਿਆਣਾ ਦੇ ਵਿੱਚ ਰਹਿੰਦੀ ਚਮਕੀਲੇ ਦੀ ਪਤਨੀ ਗੁਰਮੇਲ ਕੌਰ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਨੇ। ਗੁਰਮੇਲ ਕੌਰ ਕਹਿੰਦੇ ਨੇ ਕਿ ਜਦੋਂ ਉਹ ਫੈਕਟਰੀ ਦੇ ਵਿੱਚ ਨੌਕਰੀ ਕਰਨ ਜਾਂਦੇ ਸੀ, ਉਸ ਤੋਂ 3 ਸਾਲ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਗੀਤ ਵੀ ਲਿਖਦੇ ਨੇ। ਕੰਮ ਤੋਂ ਪਰਤ ਕੇ ਕਮਰੇ ਅੰਦਰ ਤੁੰਬੀ ਲੈ ਕੇ ਧੁਨਾਂ ਜਿਹੀਆਂ ਜ਼ਰੂਰ ਕੱਢਦੇ ਸੀ, ਪਰ ਸਾਨੂੰ ਬਹੁਤਾ ਸਮਝ ਨਹੀਂ ਸੀ ਆਉਂਦਾ ਉਸ ਵੇਲੇ ਕੁਝ। ਧਨੀ ਰਾਮ ਅਮਰ ਸਿੰਘ ਚਮਕੀਲਾ ਕਿਵੇਂ ਬਣਿਆ? ਜਦੋਂ ਧਨੀ ਰਾਮ ਦਿਹਾੜੀਆਂ ਕਰ ਰਿਹਾ ਸੀ ਤਾਂ ਉਸ ਦੌਰ ਦੇ ਵਿੱਚ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦਾ ਦੀ ਚੜ੍ਹਤ ਸੀ। ਧਨੀ ਰਾਮ ਉਰਫ ਚਮਕੀਲਾ ਜਦੋਂ ਗੀਤਾਂ ਦੇ ਬੋਲਾਂ ਦੇ ਵਿੱਚ ਉਲਝਿਆ ਹੋਇਆ ਸੀ ਤਾਂ ਉਸ ਵੇਲੇ ਛਿੰਦਾ ਦੀ ਪ੍ਰਸਿੱਧੀ ਦੇ ਝੰਡੇ ਝੂਲਦੇ ਹੁੰਦੇ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਚਮਕੀਲਾ ਦੀ ਮੁਲਾਕਾਤ ਸੁਰਿੰਦਰ ਛਿੰਦਾ ਜੀ ਦੇ ਨਾਲ ਹੋ ਸਕੀ। ਇਸ ਮੁਲਾਕਾਤ ਦੇ ਸੂਤਰਧਾਰ ਬਣੇ ਛਿੰਦਾ ਦੇ ਢੋਲਕੀ ਮਾਸਟਰ ਕੇਸਰ ਸਿੰਘ ਟਿੱਕੀ। ਉਸ ਵੇਲੇ ਛਿੰਦਾ ਨੂੰ ਪਤਾ ਲੱਗਿਆ ਕਿ ਇਸ ਨੌਜਵਾਨ ਨੂੰ ਗੀਤ ਲਿਖਣ ਦਾ ਸ਼ੌਕ ਹੈ। ਆਖਿਰਕਾਰ ਛਿੰਦਾ ਦੀ ਟੀਮ ਦੇ ਵਿੱਚ ਧਨੀ ਰਾਮ ਸ਼ਾਮਲ ਹੋ ਗਿਆ। ਧਨੀ ਰਾਮ ਦਾ ਮੁੱਖ ਕੰਮ ਹੁੰਦਾ ਸੀ ਛਿੰਦਾ ਦੇ ਅਖਾੜਿਆਂ ਦੇ ਵਿੱਚ ਦਰੀਆਂ ਵਿਛਾਉਣ ਤੋਂ ਲੈ ਕੇ ਸਟੇਜ ਦੀ ਸਾਂਭ ਸੰਭਾਲ ਕਰਨ ਦਾ। ਇਹੀ ਉਹ ਦੌਰ ਸੀ ਜਦੋਂ ਡੁਗਰੀ ਦੇ ਧਨੀ ਰਾਮ ਨੂੰ ਨਵਾਂ ਨਾਮ ਮਿਲਿਆ, ਅਮਰ ਸਿੰਘ ਚਮਕੀਲਾ। ਇਹ ਨਾਮ ਸੁਰਿੰਦਰ ਛਿੰਦਾ ਨੇ ਰੱਖਿਆ ਸੀ। ਸੁਰਿੰਦਰ ਛਿੰਦਾ ਨੇ ਚਮਕੀਲੇ ਦੇ ਲਿਖੇ ਕਈ ਗੀਤ ਗਾਏ ਸਨ, ਪਰ ਪਹਿਲੇ ਗੀਤ ਬਾਰੇ ਦੱਸਣਾ ਲਾਜ਼ਮੀ ਹੈ। ਚਮਕੀਲੇ ਨੇ ਬੇਸ਼ੱਕ ਗੀਤ ਤਾਂ ਬਹੁਤ ਲਿਖੇ, ਪਰ ਜੋ ਪਹਿਲਾ ਗੀਤ ਮਕਬੂਲ ਹੋਇਆ ਉਹ ਸੀ ਮੈਂ ਡਿੱਗੀ ਤਿਲਕ ਕੇ। ਹਾਲਾਂਕਿ ਛਿੰਦੇ ਨੂੰ ਲੱਗਿਆ ਕਿ ਇਸ ਗਾਣੇ ਨੂੰ ਸਮਾਜ ਵਿੱਚ ਸ਼ਾਇਦ ਪਸੰਦ ਨਹੀਂ ਕੀਤਾ ਜਾਵੇਗਾ, ਪਰ ਚਮਕੀਲਾ ਦੇ ਵਾਰ ਵਾਰ ਕਹਿਣ ਮਗਰੋਂ ਉਹ ਤਿਆਰ ਹੋ ਗਏ। ਇਹ ਗੀਤ ਲੋਕਾਂ ਨੇ ਬੇਹੱਦ ਪਸੰਦ ਕੀਤਾ। ਗਾਣਾ ਸੀ ਮੈਂ ਡਿੱਗੀ ਤਿਲਕ ਕੇ, ਕਲਮ ਅਮਰ ਸਿੰਘ ਚਮਕੀਲਾ ਅਤੇ ਆਵਾਜ਼ ਸੁਰਿੰਦਰ ਛਿੰਦਾ। ਹਾਲਾਂਕਿ ਚਮਕੀਲੇ ਨੂੰ ਵੀ ਥੋੜਾ ਬਹੁਤ ਸ਼ੌਕ ਸੀ ਗਾਉਣ ਦਾ, ਪਰ ਉਹ ਛਿੰਦਾ ਸਾਹਮਣੇ ਹਜੇ ਕੱਚਾ ਸੀ। ਉਹ ਗੱਲ ਵੱਖ ਕੇ ਜਿਹੜੀ ਹੈ ਦੱਸੀ ਜਾਂਦੀ ਹੈ ਕਿ ਉਹ ਗੱਲ ਵੱਖ ਹੈ ਕਿ ਅਖਾੜੇ ਦੀ ਸ਼ੁਰੂਆਤ ਕਰਨ ਦੇ ਲਈ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਹੀ ਗਾਉਂਦਾ ਸੀ ਅਤੇ ਫਿਰ ਅਖਾੜੇ ਨੂੰ ਅੱਗੇ ਸਾਂਭਣ ਦਾ ਕੰਮ ਸੁਰਿੰਦਰ ਛਿੰਦਾ ਹੀ ਕਰਦੇ। ਚਮਕੀਲਾ ਨੂੰ ਗਾਇਕੀ ਦੀਆਂ ਬਰੀਕੀਆਂ ਵੀ ਸੁਰਿੰਦਰ ਛਿੰਦਾ ਨੇ ਸਿਖਾਈਆਂ ਸਨ। ਕਹਾਣੀ ਚਮਕੀਲੇ ਦੀ ਦੁਨੀਆ ਦੀ ਨਜ਼ਰ ਦੇ ਵਿੱਚ ਆਉਣ ਦੀ। ਇੱਕ ਵਾਰ ਸੁਰਿੰਦਰ ਛਿੰਦਾ ਕੈਨੇਡਾ ਗਏ ਹੋਏ ਸੀ। ਭਾਰਤ ਦੇ ਵਿੱਚ ਉਹਨਾਂ ਦੀ HMV ਕੰਪਨੀ ਦੇ ਲਈ ਰਿਕਾਰਡਿੰਗ ਸੀ। ਛਿੰਦਾ ਦਾ ਕੈਨੇਡਾ ਤੋਂ ਉਸ ਵੇਲੇ ਆਉਣਾ ਮੁਮਕਿਨ ਨਹੀਂ ਸੀ ਅਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਜਲਦੀ ਸੀ। ਫਿਰ ਉਸ ਵੇਲੇ ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨੇ ਹੀ ਲਿਖੇ ਨੇ ਤਾਂ ਕਿਉਂ ਨਾ ਉਸ ਤੋਂ ਹੀ ਗਵਾਇਆ ਜਾਵੇ, ਉਸਨੂੰ ਹੀ ਮੌਕਾ ਦਿੱਤਾ ਜਾਵੇ ਤੇ ਦੇਖਿਆ ਜਾਵੇ ਕਿ ਕੀ ਹੁੰਦਾ। ਕੰਪਨੀ ਨੂੰ ਚਮਕੀਲੇ ਦੇ ਗਾਏ ਗੀਤ ਪਸੰਦ ਆ ਗਏ। ਫਿਰ ਇੱਥੋਂ ਸ਼ੁਰੂ ਹੋਈ ਚਮਕੀਲੇ ਦੇ ਚਮਕਣ ਦੀ ਕਹਾਣੀ। ਚਮਕੀਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ, ਪਰ ਅਮਰਜੋਤ ਦੇ ਨਾਲ ਉਸਦੀ ਜੋੜੀ ਕਾਫੀ ਹਿੱਟ ਹੋਈ ਤੇ ਫਿੱਟ ਵੀ ਸੀ।
ਦੋਵਾਂ ਨੇ ਕਈ ਹਿੱਟ ਗਾਣੇ ਦਿੱਤੇ। ਇਹਨਾਂ ਵਿੱਚ ਪਹਿਲੇ ਲਲਕਾਰੇ ਨਾਲ ਟਕੂਏ ਤੇ ਟਕੂਆ ਅਜੇ ਵੀ ਗੁਣਗੁਣਾਏ ਜਾਂਦੇ ਨੇ। ਅੱਜ ਵੀ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। ਇੱਕ ਗੱਲ ਇਹ ਵੀ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ਅਸ਼ਲੀਲ ਵੀ ਕਰਾਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਦੇ ਜਵਾਬ ਦੇ ਵਿੱਚ ਅਮਰ ਸਿੰਘ ਚਮਕੀਲਾ ਵੱਲੋਂ ਜਿਹੜੇ ਗਾਏ ਧਾਰਮਿਕ ਗੀਤ ਸਰਹੰਦ ਦੀ ਦੀਵਾਰ ਅਤੇ ਬਾਬਾ ਤੇਰਾ ਨਨਕਾਣਾ ਦਾ ਵੀ ਜਿਹੜਾ ਜ਼ਿਕਰ ਆਉਂਦਾ ਹੈ। ਦਿਨ ਸੀ 8 ਮਾਰਚ 1988 ਦਾ, ਜਲੰਧਰ ਦੇ ਮਹਿਸਮਪੁਰ ਦੇ ਵਿੱਚ ਚਮਕੀਲਾ ਅਮਰਜੋਤ ਕੌਰ ਅਤੇ ਉਹਨਾਂ ਦੇ ਸਾਥੀਆਂ ਦਾ ਅਖਾੜਾ ਲੱਗਣਾ ਸੀ। ਪਿੰਡ ਦੇ ਬਾਹਰ ਬਣੇ ਘਰ ਦੇ ਵਿੱਚ ਵਿਆਹ ਸਮਾਗਮ ਸੀ। ਉਸ ਘਰ ਤੋਂ ਥੋੜੀ ਹੀ ਦੂਰ ਇੱਕ ਮਕਾਨ ਦੇ ਵਿੱਚ ਚਮਕੀਲੇ ਤੇ ਉਸਦੇ ਸਾਥੀਆਂ ਨੂੰ ਠਹਿਰਾਇਆ ਗਿਆ ਸੀ। ਚਮਕੀਲਾ ਉਸਦੇ ਸਾਥੀਆਂ ਦੇ ਖਾਣੇ ਪੀਣੇ ਦਾ ਜਿਹੜਾ ਧਿਆਨ ਰੱਖ ਰਿਹਾ ਸੀ। ਪਿੰਡ ਦੇ ਹੀ ਜੋਗਿੰਦਰ ਸਿੰਘ ਨੂੰ ਰੱਖਣ ਲਈ ਇਹ ਸਾਰਾ ਧਿਆਨ ਦੱਸਿਆ ਗਿਆ ਸੀਗਾ ਕਿ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਹੈ। ਤੇ ਜੋਗਿੰਦਰ ਸਿੰਘ ਯਾਦ ਕਰਦੇ ਨੇ 8 ਮਾਰਚ ਦਾ ਦਿਨ ਸੀ ਅਤੇ ਮੌਸਮ ਵੀ ਠੀਕ ਸੀ। ਧੁੱਪ ਵਿੱਚ ਚਮਕੀਲਾ ਬੈਠਾ ਸਾਥੀਆਂ ਸਣੇ ਰੋਟੀ ਖਾਣ ਦੀ ਤਿਆਰੀ ਦੇ ਵਿੱਚ ਸੀ ਤੇ ਕਹਿੰਦੇ ਕਿ ਮੈਂ ਦਾਲ ਲੈ ਕੇ ਪਹੁੰਚਿਆ ਤੇ ਭਾਂਡੇ ਨੂੰ ਛੂ ਕੇ ਉਸਨੇ ਕਿਹਾ, ਬਾਈ ਜੀ ਦਾਲ ਤਾਂ ਠੰਡੀ ਹੈ। ਮੈਂ ਵਾਪਸ ਤੁਰ ਪਿਆ ਤੇ ਅਚਾਨਕ ਚਮਕੀਲੇ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਕਿਹਾ, ਲੱਗਦਾ ਗੁੱਸਾ ਕਰ ਗਿਆ। ਫਿਰ ਉਸਨੇ ਉਹੀ ਦਾਲ ਖਾਧੀ। ਖਾਣਾ ਖਾ ਕੇ ਜਿਵੇਂ ਹੀ ਚਮਕੀਲਾ ਆਪਣੇ ਸਾਥੀ ਕਲਾਕਾਰਾਂ ਨਾਲ ਦੂਜੇ ਘਰ ਜਾਣ ਲਈ ਨਿਕਲਿਆ, ਕੁਝ ਦੂਰੀ ਤੇ ਹੀ ਉਸਦੀ ਕਾਰ ਨੂੰ ਹਥਿਆਰਬੰਦ ਲੋਕਾਂ ਨੇ ਘੇਰਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਚਮਕੀਲਾ ਦੇ ਅਖਾੜਿਆਂ ਦੀਆਂ ਸਟੇਜਾਂ ਨੂੰ ਸਾਂਭਣ ਵਾਲੇ ਸ਼ਖਸ ਜਿਸ ਨੂੰ ਲੋਕ ਮਣਕੂ ਦੇ ਨਾਂ ਨਾਲ ਜਾਣਦੇ ਨੇ, ਉਹ ਉਸ ਪਲ ਨੂੰ ਯਾਦ ਕਰਦੇ ਨੇ। ਮਣਕੂ ਮੁਤਾਬਕ ਉਸ ਦੌਰ ਦੇ ਵਿੱਚ ਕਈ ਵਾਰ ਚਮਕੀਲੇ ਨੂੰ ਧਮਕੀਆਂ ਆਉਂਦੀਆਂ ਸਨ, ਪਰ ਅਸੀਂ ਉਸ ਨੂੰ ਦੱਸਣ ਤੋਂ ਬਚਦੇ ਸੀ ਕਿਉਂਕਿ ਇਸ ਅਸਰ ਉਸਦੀ ਪੇਸ਼ਕਾਰੀ ਤੇ ਪੈਣਾ ਸੀਗਾ ਤੇ ਜਿਵੇਂ ਹੀ ਚਮਕੀਲਾ ਦੇ ਉੱਤੇ ਇਹ ਅਸਰ ਪੈਣਾ ਸੀ ਤੇ ਉਸਦਾ ਜਿਹੜਾ ਹੈ ਗ੍ਰਾਫ ਵੀ ਨੀਚੇ ਜਾ ਸਕਦਾ ਸੀ, ਉਸਦੇ ਕਰੀਅਰ ਦੇ ਉੱਪਰ ਫਰਕ ਪੈ ਸਕਦਾ ਸੀ। ਤੇ ਜਿਵੇਂ ਹੀ ਚਮਕੀਲਾ ਤੇ ਅਮਰਜੋਤ ਦੀ ਗੱਡੀ ਸਟੇਜ ਸਾਹਮਣੇ ਆ ਕੇ ਰੁਕਦੀ ਹੈ, ਇੰਜ ਆਵਾਜ਼ਾਂ ਆਈਆਂ ਜਿਵੇਂ ਦੀਵਾਲੀ ਵੇਲੇ ਉੱਚੀ ਆਵਾਜ਼ ਵਾਲੇ ਪਟਾਕੇ ਚੱਲੇ ਹੋਣ। ਸਾਨੂੰ ਕੁਝ ਸਮਝ ਨਾ ਆਇਆ। ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ, ਬਲਦੇਵ ਸਿੰਘ ਢੋਲਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਲਾਸ਼ਾਂ ਦੇ ਵਿੱਚ ਤਬਦੀਲ ਹੋ ਗਏ ਸਨ। ਇਸ ਕਤਲਕਾਂਡ ਨੂੰ 3 ਲੋਕ ਦੁਪਹੀਆ ਵਾਹਨ ਤੇ ਅੰਜਾਮ ਦੇਣ ਆਏ ਸਨ। ਉਹ ਭੀੜ ਦਾ ਹਿੱਸਾ ਬਣ ਕੇ ਆਏ ਸਨ। ਮਣਕੂ ਦੱਸਦੇ ਹਨ, ਉਹਨਾਂ ਨੇ ਹਮਲਾਵਰਾਂ ਨੇ ਜਿਹੜਾ ਲਾਸ਼ਾਂ ਉੱਤੇ ਇੱਕ ਚਿੱਠੀ ਰੱਖੀ ਅਤੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸਨ। ਉੱਥੇ ਕਿਸੇ ਨੂੰ ਕਹਿੰਦੇ ਹੋਏ ਨਿਕਲ ਗਏ ਕਿ ਦੇਖੋ ਤੁਹਾਡਾ ਚਮਕੀਲਾ ਚਮਕਾਇਆ ਹੋਇਆ ਸੀ। ਪੁਲਿਸ ਇਸ ਕੇਸ ਦੀ ਜਿਹੜੀ ਤਫਤੀਸ਼ ਨੂੰ ਬੰਦ ਕਰ ਚੁੱਕੀ ਹੈ। ਇਹ ਜਿਹੜਾ ਕੇਸ ਹੈ, ਇਹ ਕਤਲਕਾਂਡ ਦਾ ਕੇਸ ਨੂਰ ਮਹਿਲ ਥਾਣੇ ਦੇ ਵਿੱਚ ਦਰਜ ਹੋਇਆ ਸੀ। ਤਫਤੀਸ਼ ਦੌਰਾਨ 3 ਸ਼ੱਕੀਆਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਗਿਆ ਸੀ। 3 ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਇਹ 3 ਮੁਲਜ਼ਮ ਵੱਖ-ਵੱਖ ਥਾਵਾਂ ਅਤੇ ਵੱਖ-ਵੱਖ ਸਮਿਆਂ ਉੱਤੇ ਪੁਲਿਸ ਦੇ ਮੁਕਾਬਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਹਨ। ਅਦਾਲਤ ਵੱਲੋਂ ਇਸ ਕੇਸ ਦਾ ਨਿਪਟਾਰਾ ਕੀਤਾ ਜਾ ਚੁੱਕਿਆ। ਇਸ ਕਤਲਕਾਂਡ ਪਿੱਛੇ ਅਸਲ ਦੇ ਵਿੱਚ ਕੌਣ ਲੋਕ ਸਨ, ਇਸ ਦਾ ਹਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਆਪਣੇ ਗੀਤਾਂ ਤੇ ਦੁਨੀਆ ਨੂੰ ਨਚਾਉਣ ਵਾਲੇ ਚਮਕੀਲਾ ਤੇ ਅਮਰਜੋਤ ਦੀ ਲੁਧਿਆਣਾ ਦੇ ਡੁਗਰੀ ਵਿੱਚ ਇੱਕ ਸਮਾਧ ਬਣਾਈ ਗਈ ਹੈ ਅਤੇ ਇਹੀ ਉਹਨਾਂ ਦੀ ਆਖਰੀ ਯਾਦਗਾਰ ਵੀ ਰਹਿ ਗਈ ਹੈ।